ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਪੰਜਾਬ ਦੇ ਲੋਕਾਂ ਨਾਲ ਔਰ ਮੈਂ ਜਿਹੜੇ ਸਵਾਲ ਪੁੱਛਨੇ ਆ ਸਾਡੇ ਚੋਣ ਕਮਿਸ਼ਨਰਾਂ ਦੇ ਕੋਲੋਂ ਪੁੱਛਨੇ ਆ ਔਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਕਿ ਭਾਈ ਸਾਹਿਬ ਤੁਹਾਨੂੰ ਪਤਾ ਹੀ ਹੋ ਸਕੂਲਾਂ ਦੇ ਵਿੱਚ 18 ਸਾਲ ਦੇ ਜਿਹੜੇ ਜਿਨ੍ਹਾਂ ਦੀ ਉਮਰ ਹੋ ਗਈ ਆ ਉਹਨਾਂ ਦੀ ਵੋਟ ਪਨ ਰਹੀ ਆ ਜਿਹੜੇ 18 ਸਾਲ ਤੋਂ ਪਲੱਸ ਹੋ ਗਿਆ ਚਾਹੇ ਸਾਡੇ 18 ਸਾਲਾਂ ਦਾ ਹੋਵੇ ਚਾਹੇ 19 ਸਾਲਾਂ ਦਾ ਹੋਵੇ ਹੁਣ ਵੋਟਾਂ ਬਣਨੀਆਂ ਸ਼ੁਰੂ ਹੋ ਗਈਆਂ ਔਰ ਮੈਂ ਚੋਣ ਕਮਿਸ਼ਨਾਂ ਨੂੰ ਕਹਿਣਾ ਕਿ ਸਾਨੂੰ ਦੱਸੋ ਕਿ ਸਾਡਾ ਕਸੂਰ ਕੀ ਆ ਮੈਂ ਚੋਣ ਕਮਿਸ਼ਨਾਂ ਨੂੰ ਫਿਰ ਤੋਂ ਕਹਿਣਾ ਔਰ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਤੁਹਾਡੇਗੇ ਹੱਥ ਮੰਨ ਕੇ ਬੇਨਤੀ ਆ ਮੇਰੀ ਕਿ ਯਾਰ ਮੈਂ ਕਿਸੇ ਪਾਰਟੀ ਨੂੰ ਨਹੀਂ ਕਹਿੰਦਾ ਇਸ ਵਕਤ ਪਰ ਸਾਰੇ ਆਪਦਾ ਫਰਜ਼ ਨਿਭਾ ਕੇ ਇਹ ਗੱਲ ਚੋਣ ਕਮਿਸ਼ਨਾਂ ਤੱਕ ਜਰੂਰ ਪਹੁੰਚਾਓ ਜੇ ਹੁਣ ਮੈਂ ਕਮਿਸ਼ਨਰ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਇੱਕ ਮੇਰੇ ਕਮਿਸ਼ਨਰ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਨ ਕਮਿਸ਼ਨਰ ਜੀ ਇਹ ਜੇਕਰ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਗਈ ਆ ਤੇ ਗੱਲਾਂ ਦੇ ਜਵਾਬ ਦਿਓ ਕਿ ਜਿਹੜੀ ਇਹ ਵੋਟ ਆ ਉਹ 18 ਸਾਲ ਦੇ ਬੰਦੇ ਦੀ ਬਣ ਜਾਂਦੀ ਹੈ ਇਨਸਾਨ ਦੀ ਵੋਟ ਬਣ ਜਾਂਦੀ ਹੈ 18 ਸਾਲ ਦੀ ਵੀ ਭਾਈ ਸਾਹਿਬ ਤੇਰੀ ਉਮਰ 18 ਸਾਲ ਹੋ ਗਈ ਆ ਹੁਣ ਤੂੰ ਆਪਦਾ ਖਾਤਾ ਵੀ ਖਲਾਵਾ ਆਪਦਾ ਲਾਇਸੈਂਸ ਵੀ ਬਣਵਾ ਲਾ ਔਰ ਤੂੰ ਔਰ ਵੋਟ ਬਣਾ ਕੇ ਇਹ ਬੰਦੇ ਨੂੰ ਇੰਨੀ ਪਾਵਰ ਦੇ ਦਿੰਨੇ ਆ ਕਿ ਤੂੰ ਹੁਣ ਸਮਝਦਾਰ ਹੋ ਗਿਆ ਵੀ ਕਿਹੜੀ ਸਰਕਾਰ ਸਹੀ ਆ ਔਰ ਕਿਹੜੀ ਸਰਕਾਰ ਗਲਤ ਆ ਇਹ ਚੁਣਨ ਵਾਸਤੇ ਵੀ ਤੂੰ ਇਹ ਹੁਣ ਇਨਸਾਨ ਬਣ ਗਿਆ 18 ਸਾਲ ਤੋਂ ਵੀ ਤੈਨੂੰ ਅਕਲ ਆ ਗਈ ਆ ਔਰ ਮੈਂ ਜਦੋਂ ਹੁਣ ਵੇਖਦਾ ਗੱਲ ਕਿ ਜਿਹੜਾ ਬੰਦਾ 25 ਸਾਲਾਂ ਤੋਂ ਘਟਾ ਉਹ ਬੰਦਾ ਵਿਧਾਨ ਸਭਾ ਦਾ ਇਲੈਕਸ਼ਨ ਨਹੀਂ ਲੜ ਸਕਦਾ ਚਾਹੇ ਉਹ ਲੋਕ ਸਭਾ ਦਾ ਉਹ ਇਲੈਕਸ਼ਨ ਨਹੀਂ ਲੜ ਸਕਦਾ ਹੁਣ ਇੱਥੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਮੈਂ ਆਪਣੇ ਜਿਹੜੇ ਚੋਣ ਕਮਿਸ਼ਨਰ ਜੀ ਕਿ ਬੰਦਾ ਜਿਹੜਾ 18 ਸਾਲਾਂ ਦਾ ਉਹਦੇ ਚ ਆਪਾਂ ਇੰਨੀ ਦਾ ਪਾਵਰ ਪਾਤੀ ਆ ਕਿ ਭਾਈ ਸਾਹਿਬ ਤੂੰ ਸਰਕਾਰ ਤਾਂ ਚੁਣ ਸਕਨਾ ਪਰ ਤੂੰ ਸਰਕਾਰ ਬਣਨ ਵਾਸਤੇ ਖੜਾ ਨਹੀਂ ਹੋ ਸਕਦਾ ਇਹ ਤਾਂ ਫਿਰ ਨਾ ਇਨਸਾਫੀ ਨਹੀਂ ਗਈ ਔਰ ਜੇਕਰ ਬੰਦਾ 18 ਸਾਲਾਂ ਦਾ ਵੋਟ ਪਾ ਸਕਦਾ ਇਹ ਸਮਝ ਸਕਦਾ ਵੀ ਉਹ ਜਿਹੜੀ ਸਰਕਾਰ ਆ ਵੀ ਕਿਹੜੀ ਸਹੀ ਹੋਊਗੀ ਕਿਹੜੀ ਗਲਤ ਹੋਊਗੀ ਤਾਂ ਫਿਰ ਉਹ ਸਰਕਾਰ ਦੇ ਵਿੱਚ ਐਮਐਲਏ ਦੇ ਇਲੈਕਸ਼ਨ ਦਾ ਕਿਉਂ ਨਹੀਂ ਲੜ ਸਕਦਾ ਉਹ ਲੋਕ ਸਭਾ ਦਾ ਇਲੈਕਸ਼ਨ ਕਿਉਂ ਨਹੀਂ ਲੜ ਸਕਦਾ 2022 ਦੀ 22 ਦੀਆਂ ਵੋਟਾਂ ਆ ਰਹੀਆਂ ਔਰ ਜਿਨ੍ਹਾਂ ਦੀ ਉਮਰ 23 23 ਸਾਲ ਆ ਤੇ ਜੇਕਰ ਉਹ ਕੋਈ ਇਲੈਕਸ਼ਨ ਦੇ ਵਿੱਚ ਉੱਠਣਾ ਚਾਹੁੰਦਾ ਤਾਂ ਜੇਕਰ ਉਹਦੀ 22 ਸਾਲ ਉਮਰ ਆ ਜੇਕਰ ਉਹ ਵੀ ਐਮਐਲਏ ਖੜਾ ਹੋਣਾ ਚਾਹੁੰਦਾ 2022 ਦੇ ਵਿੱਚ ਤਾਂ ਪਿਆਰੇ ਸੱਜਣ ਤੁਸੀਂ ਆਪ ਦੇ ਦਿਮਾਗ ਦੇ ਵਿੱਚੋਂ ਕੀੜਾ ਕੱਢੋ ਕਿ ਤੁਸੀਂ ਐਮਐਲਏ ਬਣ ਸਕਦੇ ਆ ਇਹ ਸਾਡੀਆਂ ਚਾਹੇ ਸਰਕਾਰਾਂ ਦੀਆਂ ਪਾਲਿਸੀਆਂ ਲਾ ਲਓ ਚਾਹੇ ਕੁਛ ਲਾ ਲਓ ਔਰ ਮੈਂ ਕਿਸੇ ਸੱਜਣ ਨੂੰ ਪੁੱਛਿਆ ਮੈਂ ਕਿਹਾ ਵੀ ਭਾਈ ਸਾਹਿਬ ਐਮਐਲਏ ਦੇ ਇਲੈਕਸ਼ਨ ਚ ਕਿੰਨੀ ਉਮਰ ਚਾਹੀਦੀ ਆ ਉਹ ਕਹਿੰਦਾ 25 ਸਾਲ ਤੇ ਮੈਂ ਕਿਹਾ ਜਿਹੜੀ ਉਹ ਜਿਹਨੇ ਵੋਟ ਪਾਉਂਦਾ ਉਹਦੀ ਤਾਂ 18 ਸਾਲ ਹੀ ਹੁੰਦੀ ਆ ਉਹ ਕਹਿੰਦਾ ਉਹ ਵੇਖੋ ਸਰਕਾਰ ਦੀ ਇਹ ਕਾਦੀ ਪਾਲਿਸੀ ਆ ਭਾਈ ਸਾਹਿਬ 18 ਸਾਲ ਦਾ ਬੰਦਾ ਤੁਹਾਨੂੰ ਚੁਣ ਸਕਦਾ ਉਹ ਗੱਲ ਪਰੇ ਰਹਿ ਗਈ ਉਹ ਤਾਂ ਤੁਹਾਰੇ ਤੁਹਾਨੂੰ ਵੀ ਪਤਾ ਤੁਸੀਂ ਵੋਟ ਬਣਾਤੀ ਆ ਕਿਉਂਕਿ 18 ਸਾਲ ਦੀ ਉਮਰ ਦਾ ਬੱਚਾ ਇੱਕ ਬਾਲਕ ਹੀ ਹੁੰਦਾ ਉਹ ਵੀ ਇੱਕ ਬਾਲ ਤੁਸੀਂ ਤਾਂ ਹੁਣ ਬਾਲਕ ਕਹਿੰਨਾ ਮੈਂ ਉਹਨਾਂ ਆਪਦੀ ਬੋਲੀ ਚ ਕਹਿਣਾ ਜਿਹਨੂੰ ਆਪਾਂ ਨ ਬਾਲਕ ਵੀ ਕਹਿ ਦਿੰਦੇ ਆ ਅਸਲ ਦੇ ਵਿੱਚ 18 ਸਾਲ ਦੇ ਬੰਦੇ ਨੂੰ ਵੀ ਮੈਂ ਕਹਿੰਨਾ ਕੋਈ ਅਕਲ ਨਹੀਂ ਆਉਂਦੀ ਇਨਸਾਨ ਨੂੰ ਉਹਨੂੰ ਕਿਉਂ ਅਕਲ ਨਹੀਂ ਆਉਂਦੀ 18 ਸਾਲ ਦੀ ਵੋਟ ਤੁਸੀਂ ਕਿਉਂ ਵੜਾਉਂਦੇ ਆ ਕਿ ਆਪੇ ਉਹਨੂੰ ਕਿਹੜਾ ਪਤਾ ਹੰਦਾ ਦਾ ਝੰਡਾ ਫੜਾਉ ਤੇ ਆਏ ਆ ਕਰਾਉਂਦੇ ਫਿਰਾਂਗੇ ਉਹਨਾਂ ਕੋਲੋਂ ਔਰ 18 ਸਾਲ ਦੇ ਤੁਸੀਂ ਇਨਸਾਨ ਨੂੰ ਇੰਨੀ ਕਿ ਪਾਵਰ ਦਿੱਤੀ ਆ ਕਿਉਂ ਇਨਸਾਨ ਪੋਲਸਾ ਪੋਲਸ ਨੇ ਦੇ ਸਰਕਾਰੀ ਨੌਕਰੀ ਲੱਗ ਸਕਦਾ ਪਰ ਸਰਕਾਰ ਨਹੀਂ ਬਣ ਸਕਦਾ ਜੇਕਰ ਸੰਵਿਧਾਨ ਦੇ ਕਹੋ ਸੰਵਿਧਾਨ ਦੇ ਵਿੱਚ ਲਿਖਿਆ ਕਿ 25 ਸਾਲ ਤੋਂ ਪਹਿਲਾ ਬੰਦਾ 25 ਸਾਲ ਤੋਂ ਬਾਅਦ ਹੀ ਇਲੈਕਸ਼ਨ ਲੜ ਸਕਦਾ ਤੇ ਜੇਕਰ ਉਹਦੀ 25 ਸਾਲ ਉਮਰ ਨਹੀਂ ਗਈ ਤੇ ਉਹ ਇਲੈਕਸ਼ਨ ਨਹੀਂ ਲੜ ਸਕਦਾ ਤੇ ਮੈਂ ਇਹ ਸਰਕਾਰਾਂ ਨੂੰ ਕਹਿਣਾ ਕਿ ਜੇਕਰ ਤੁਸੀਂ ਸੰਵਿਧਾਨ ਤੋਂ ਬਾਹਰ ਜਾ ਕੇ ਕਾਲੇ ਕਾਨੂੰਨ ਬਣਾ ਸਕਦੇ ਆ ਹੋਰ ਰੂਲ ਬਣਾ ਸਕਦੇ ਆ ਕੱਕੇ ਕੀ ਗੱਲ ਆ ਫਿਰ ਇਹ ਮਤੋਂ ਤੁਸੀਂ ਇਹ ਰੂਲ ਨਹੀਂ ਬਣਾ ਸਕਦੇ ਕਿ ਜਿਹੜਾ ਇਲੈਕਸ਼ਨ ਆ ਉਹ 20 ਸਾਲਾਂ ਦਾ ਬੰਦਾ ਲੜਨਾ ਚਾਹੀਦਾ ਔਰ ਹੁਣ ਮੈਂ ਇੱਥੇ ਕਹਿਣਾ ਇਲੈਕਸ਼ਨ ਜਿਹੜਾ ਐਮਐਲਏ ਦਾ ਮੁੰਡਾ ਲੜ ਸਕਦਾ ਚਾਹੇ ਉਹਦੀ ਉਮਰ 22 ਸਾਲ ਹੋਵੇ ਚਾਹੇ ਉਹਦੀ ਉਮਰ 23 ਸਾਲ ਹੋਵੇ ਪਰ ਜੇਕਰ ਮਜ਼ਦੂਰਾਂ ਦੇ ਘਰ ਨਾਲ ਸੰਬੰਧ ਦਾ ਕੋਈ ਲੜਨਾ ਚਾਹੁੰਦਾ ਇਲੈਕਸ਼ਨ ਤਾਂ ਭਾਈ ਸਾਹਿਬ ਤੁਸੀਂ ਆਪ ਦੇ ਵਰਕੇ ਪਾੜ ਦੋ ਪਾੜ ਦੋ ਵਰਕੇ ਆਪਦੇ ਜੇਕਰ ਕੋਈ ਗਰੀਬ ਕਿਸਾਨ ਦਾ ਪੁੱਤ ਇਲੈਕਸ਼ਨ ਲੜਨਾ ਚਾਹੁੰਦਾ 22 23 ਸਾਲਾਂ ਦੀ ਉਮਰ ਦੇ ਵਿੱਚ ਤਾਂ ਤੂੰ ਵੀ ਆਪਦੇ ਵਰਕੇ ਪਾੜ ਦੇ ਤੂੰ ਨੂੰ ਵੀ ਇਲੈਕਸ਼ਨ ਦੇ ਵਿੱਚ ਨਹੀਂ ਲੈਣਾ ਮੈਂ ਤਾਂ ਹੈਰਾਨ ਇਸ ਗੱਲ ਤੇ ਮੈਂ ਇਹ ਗੱਲ ਕਹਿੰਦਾ ਜੇਕਰ ਬੰਦਾ 18 ਸਾਲ ਦਾ ਵੋਟ ਪਾ ਸਕਦਾ ਉਹਦੇ ਚ ਇੰਨੀ ਪਾਵਰ ਦਿੱਤੀ ਆ ਕਿ ਕਿਹੜੀ ਪਾਰਟੀ ਲਿਆਉਣੀ ਆ ਤੂੰ ਉਹ ਨੂੰ ਵੋਟ ਪਾ ਕੇ ਪਾਰਟੀ ਲਿਆ ਸਕਦਾ ਫਿਰ ਜਾਂ ਤਾਂ ਜਿਹੜੀ ਵੋਟ ਆ ਉਹ ਵੀ 25 ਸਾਲ ਦੇ ਤੁਸੀਂ ਕਰੋ ਵੀ 25 ਸਾਲਾਂ ਬਾਅਦ ਹੀ ਵੋਟ ਬਣਨੀ ਚਾਹੀਦੀ ਹੈ ਜਿਹਦੀ ਬਣੇ ਤਾਂ ਹੀ ਉਹ ਇਲੈਕਸ਼ਨ ਦੇ ਵਿੱਚ ਖੜਾ ਹੋਣਾ ਚਾਹੀਦਾ ਨਹੀਂ ਤਾਂ ਨਹੀਂ ਔਰ ਜੇਕਰ 18 ਸਾਲ ਦੇ ਦੀ ਵੋਟ ਬਣੂਗੀ ਤਾਂ ਭਾਈ ਸਾਹਿਬ ਇਹ ਰੂਲ ਆ ਜਿਹੜਾ ਉਹ ਕਹ ਲਓ 20 ਸਾਲਾਂ ਦਾ ਜਿਹੜਾ ਬੰਦਾ ਇਲੈਕਸ਼ਨ ਲੜਨਾ ਚਾਹੀਦਾ ਹੁਣ ਮੈਂ ਇਹ ਕਹਿ ਦਿਨਾ بڑے ਸੱਜਣ ਹੋਣਗੇ ਜਿਨ੍ਹਾਂ ਦੇ ਆਪਦੇ ਮਨ ਦੇ ਵਿੱਚ ਇਹ ਹੋਊਗੀ ਕਿ ਅਸੀਂ 22 ਦੇ ਵਿੱਚ ਇਲੈਕਸ਼ਨ ਲੜਨਾ ਤੇ ਭਾਈ ਸਾਹਿਬ ਤੁਸੀਂ ਆਪਦੇ ਰਮਾਨ ਜਿਹੜੇ ਤੁਸੀਂ ਜੇਕਰ ਦੇਸ਼ ਨੂੰ ਬਚਾਉਣਾ ਚਾਹੁੰਦੇ ਆ ਤੇ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਆ ਇਲੈਕਸ਼ਨ ਲੜਨਾ ਚਾਹੁੰਦੇ ਆ ਤਾਂ ਤੁਹਾਨੂੰ ਇਹ ਆਪਦੀ ਸੋਚ ਬਦਲਣੀ ਪਊਗੀ ਔਰ ਮੈਂ ਉਹਨ ਇੱਥੇ ਵੀ ਕਹਿ ਦਿੰਨਾ ਜਦੋਂ ਤੁਹਾਡੀ 25 ਸਾਲ ਉਮਰ ਹੋਣੀ ਆ ਤੁਹਾਡੇ ਤੇ ਉਦੋਂ ਜਵਾਨੀ ਤਾਂ ਜ਼ਰੂਰ ਹੁੰਦੀ ਆ ਪਰ ਜਵਾਨੀ ਉਹ ਬੰਦੇ ਤੇ ਹੁੰਦੀ ਆ ਜਾਂ ਤਾਂ ਜਿਹਦੇ ਘਰੇ ਖੁੱਲਾ ਪੈਸਾ ਹੋਵੇ ਜਾਂ ਜਿਹਦਾ ਮਾਪਾਪਾ ਐਮਐਲਏ ਐਮਪੀ ਹੋਵੇ ਜਾਂ 25 ਸਾਲਾਂ ਤੇ ਉਹਨੇ ਤੇ ਜਵਾਨੀ ਰਹਿੰਦੀ ਆ ਜਿਹੜਾ ਕੋਈ ਰਾਜਨੀਤਿਕ ਪਾਰਟੀ ਦੇ ਵਿੱਚ ਚੰਗਾ ਉਹਦਾ ਅਹੁਦਾ ਹੋਵੇ ਔਰ ਉਹਦੀ ਮੰਨਾ ਮਨਾਈ ਥਾਣੇ ਕਿ ਚਹਰੀਆਂ ਦੇ ਵਿੱਚ ਹੁੰਦੀ ਹੋਵੇ ਔਰ ਜੇਕਰ ਕੋਈ 25 ਸਾਲਾਂ ਦਾ ਗਰੀਬ ਕਿਸਾਨ ਕਹੂਗਾ ਕਿ ਗਰੀਬ ਕਿਸਾਨ ਦਾ ਪੁੱਤ ਕਹੂਗਾ ਕਿ ਮੈਂ ਜਵਾਨੀ 'ਚ ਆ ਤਾਂ ਭਾਈ ਸਾਹਿਬ ਆਪਣੇ ਤੇ ਉਦੋਂ ਕੋਈ ਜਵਾਨੀ ਨਹੀਂ ਹੁੰਦੀ ਮੈਂ ਮਜ਼ਦੂਰਾਂ ਦੇ ਘਰੋਂ ਸਬੰਧਤ ਆ ਮੈਂ ਵੇਖਦਾ ਕਿੰਨੇ ਕਿ 25 ਸਾਲ ਦੇ ਬੰਦੇ ਤੇ ਜਵਾਨੀ ਹੁੰਦੀ ਆ ਉਹ ਕੋਈ ਜਵਾਨੀ ਨਹੀਂ ਹੁੰਦੀ ਸਭ ਕੁਝ ਢਲ ਜਾਂਦਾ ਜਦੋਂ ਬੰਦਾ 25 ਸਾਲਾਂ ਦਾ ਹੋ ਜਾਂਦਾ ਉਹਦਾ ਮੇਰੇ ਹਿਸਾਬ ਦੇ ਨਾਲ ਉਹਦਾ ਵਿਆਹ ਵੀ ਹੁੰਦਾ ਤੇ ਉਹਦੇ ਕੋਈ ਇੱਕ ਦੋ ਬੱਚੇ ਵੀ ਹੁੰਦੇ ਆ ਤੇ ਜਿੱਦੇ ਫਿਰ ਬੱਚੇ ਹੋ ਗਏ ਫਿਰ ਉਹ ਉੱਠ ਨਹੀਂ ਸਕਦਾ ਉਹਨੂੰ ਰੋਟੀ ਦਾ ਫਿਕਰ ਰਹਿੰਦਾ ਹੁਣ ਮੈਂ ਗਲਤ ਕਿਹਾ ਜਾਂ ਸਹੀ ਕਿਹਾ ਉਹਦੇ ਹਸਤੇ ਤਾਂ ਮੈਂ ਨਹੀਂ ਜਾਣਦਾ ਪਰ ਮੈਂ ਸਾਡੇ ਜਿਹੜੇ ਐਮ ਐਲ اے ਐਮ ਪੀ ਆ ਇਹਨਾਂ ਨੂੰ ਜ਼ਰੂਰ ਕਹੂੰਗਾ ਕਿ ਗੰਦੇ ਪਿੱਲੇ ਕਾਨੂੰਨ ਤੁਸੀਂ ਬਹੁਤ ਬਣਾਏ ਆ ਪਰ ਕੋਈ ਇੱਕ ਅੱਧਾ ਚੰਗਾ ਕਾਨੂੰਨ ਵੀ ਪਾਸ ਕਰਾ ਦਿਓ ਹਣ ਜਿਹੜੇ ਸਾਡੇ ਐਮਐਲਏ ਐਮਪੀ ਇਹ ਮੈਨਾਂ ਨੂੰ ਕਹਿਣਾ ਕਿ ਰੋਜ਼ਗਾਰ ਵੀ ਕਿਸੇ ਦੇ ਕੋਲ ਨਹੀਂ ਰਿਹਾ ਹੁਣ ਉਹ ਜਾਊਗਾ ਕਿੱਧਰ ਔਰ ਰਹੀ ਗੱਲ ਇੱਥੇ ਮੈਂ ਫਿਰ ਤੋਂ ਕਹਿਣਾ ਸਾਡੇ ਜਿਹੜੇ ਚੋਣ ਕਮਿਸ਼ਨਰ ਜੀ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਜਾਂ ਤਾਂ 18 ਸਾਲ ਦੀ ਵੋਟ ਬਾਨ ਵਾਲਾ ਕੰਮ ਵੀ ਕੈਨਸਲ ਹੋਣਾ ਚਾਹੀਦਾ ਔਰ ਜਾਂ ਫਿਰ 18 ਸਾਲ ਤੋਂ ਬਾਅਦ ਚਾਹੇ ਉਹ ਐਮਐਲਏ ਦਾ ਇਲੈਕਸ਼ਨ ਚਾਹੇ ਉਹ ਐਮਪੀ ਦਾ ਇਲੈਕਸ਼ਨ ਉਹ ਲੜ ਉਹਨੂੰ ਲੜਨ ਦੀ ਪਾਵਰ ਦਿਓ 18 ਸਾਲ ਤੋਂ ਬਾਅਦ ਮੈਂ ਤੁਹਾਨੂੰ ਸੱਚੇ ਜਿਹੜੀ ਗੱਲ ਕਹਿ ਰਹੇ ਹਾਂ ਉਹ ਗੱਲ ਮੰਨਣੀ ਪੈਣੀ ਆ ਔਰ ਮੈਂ ਕੋਈ ਜਿਹੜਾ ਸਾਡਾ ਭੈਣ ਭਾਈ ਆ ਜਿਹੜਾ ਕੋਈ ਦੇਸ਼ ਵਾਸਤੇ ਸੋਚਦਾ ਔਰ ਉਹਨੂੰ ਬੇਨਤੀ ਕਰਦਾ ਮੈਂ ਕਰੋ ਗਰੀਬ ਆ ਨਹੀਂ ਮੈਂ ਇਹ ਕੰਮ ਜ਼ਰੂਰ ਕਰਨਾ ਸੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਰਿਟ ਲਾਓ ਹਾਈ ਕੋਰਟ ਦੇ ਵਿੱਚ ਰਿਟ ਲਾਓ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਜੇਕਰ 18 ਸਾਲ ਦੇ ਇਨਸਾਨ ਨੂੰ ਇਹਨਾਂ ਨੇ ਪਾਵਰ ਦੇ ਦਿੱਤੀ ਆ ਕਿ ਤੂੰ ਚੁਣ ਸਕਦਾ ਕਿਹੜੀ ਸਰਕਾਰ ਚੁਣਨੀ ਆ ਤੈਨੂੰ ਇਹ ਪਤਾ ਵੀ ਕਿਹੜਾ ਐਮਐਲਏ ਚੰਗਾ ਕਿਉਂਕਿ ਇਹਨਾਂ ਦਾ ਕਹਿਣਾ ਹੈ ਜੇ ਜਦੋਂ 18 ਸਾਲ ਤੋਂ ਬਾਅਦ ਬੰਦਾ ਵੋਟ ਪਾ ਸਕਦਾ ਉਹਦਾ ਮਤਲਬ ਇਹ ਆ ਕਿ ਉਹਨੂੰ ਇੰਨੀ ਕੱਕਲ ਆ ਗਈ ਆ ਵੀ ਕਿਹੜਾ ਬੰਦਾ ਸਹੀ ਆ ਕਿਹੜਾ ਨਹੀਂ ਤਾਂ ਜੇਕਰ ਫਿਰ ਉਹ ਇਲੈਕਸ਼ਨ ਨਹੀਂ ਲੜ ਸਕਦਾ 18 ਸਾਲ ਤੋਂ ਬਾਅਦ 25 ਸਾਲਾਂ ਤੋਂ ਬਾਅਦ ਇਲੈਕਸ਼ਨ ਲੜ ਸਕਦਾ ਫਿਰ ਇਹਦਾ ਮਤਲਬ ਇਹ ਆ ਬੰਦਾ ਉਹ ਨਬਾਲਕ ਹੀ ਮੰਨ ਰਹੇ ਆ ਤੁਸੀਂ ਔਰ ਇਹਦੇ ਵਿੱਚ ਕੁੰਡੀਆਂ ਤਾਂ ਬਹੁਤ ਆ ਮੰਤਰੀਆਂ ਦੀਆਂ ਮੈਂ ਦੱਸ ਵੀ ਸਕਦਾ ਔਰ ਮੈਂ ਬਹੁਤ ਮਜਬੂਰ ਹੋਇਆ ਪਿਆ ਮੈਂ ਵੇਖੋ ਇਹ ਕਿ ਦੇਸ਼ ਦੇ ਹਾਲਾਤ ਕਿ ਪੱਲੇ ਕੱਖ ਨਹੀਂ ਛੱਡ ਰਹੇ ਸਾਡੇ ਪੱਲੇ ਕੱਖ ਨਹੀਂ ਛੱਡ ਰਹੇ ਸਾਡੇ ਮੈਂ ਵਾਰ-ਵਾਰ ਕਹਿ ਰਿਹਾ ਲੋਕੋ ਮੈਂ ਤੁਹਾਨੂੰ ਕਹਿਣਾ ਤੁਸੀਂ ਫਰੀ ਦੀਆਂ ਚੀਜ਼ਾਂ ਦੇ ਵਿੱਚ ਪੈ ਚੁੱਕੇ ਆ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਯਾਦ ਰੱਖੋ ਗੱਲ ਤੁਸੀਂ ਹੁਣ ਫਰੀ ਦੀ ਜਿਹੜੀ ਕਹਿੰਦਾ ਫਰੀ ਦੀ ਹਰ ਚੀਜ਼ ਭਾਲਦੇ ਆ ਪੈਸਾ ਲਾ ਕੇ ਤੁਸੀਂ ਖੁਸ਼ ਨਹੀਂ ਹੋਗੇ ਔਰ ਤੁਸੀਂ ਮੰਗਤੇ ਬਣੀ ਜਾਂਦੇ ਹੋ ਤੁਹਾਨੂੰ ਬਣਾਈ ਜਾਂਦੇ ਆ ਤੁਸੀਂ ਚੁੱਪ ਕਰਕੇ ਮੰਗਤੇ ਬਣੀ ਜਾਂਦੇ ਆ ਤੇ ਮੈਂ ਪੰਜਾਬ ਦੇ ਮੰਗਤੇਓ ਤੁਹਾਨੂੰ ਇੱਕ ਗੱਲ ਕਹਿਣਾ ਤੁਸੀਂ ਰਾਜੇ ਬੰਦ ਦੀ ਕੋਸ਼ਿਸ਼ ਕਰੋ ਮੰਗਤੇਓ ਮੈਂ ਤੁਹਾਨੂੰ ਕਹਿਣਾ ਤੁਸੀਂ ਮੰਗਤੇ ਨਾ ਬਣੀ ਰਿਆ ਕਰੋ ਹਰ ਵੇਲੇ ਮੰਗਤੇ ਬਾਨਾ ਬਹੁਤ ਗਲਤ ਹੁੰਦੀ ਆ ਤੇ ਮੈਂ ਮੰਗਤੇਓ ਤੁਹਾਨੂੰ ਕਹਿਣਾ ਕਿ ਥੋੜਾ ਬੋਤਾ ਕੋ ਜੋ ਵੰਡਨ ਦੀ ਸ਼ਮਤਾ ਰੱਖੋ ਜੇਕਰ ਮੰਗਣਾ ਤੋਂ ਨਾਲ ਕੋਲ ਰੋਜ਼ਗਾਰ ਸੇਤ ਤੇ ਸਿੱਖਿਆ ਮੰਗੋ ਮੰਗਤਿਓ ਐਵੇਂ ਕੋਈ ਹੋਰ ਚੀਜ਼ਾਂ ਨਾ ਮੰਗੋ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਕਮਿਸ਼ਨਰ ਜੀ ਤੁਸੀਂ ਵੀ ਇਹ ਗੱਲ ਦੇ ਵੱਲ ਧਿਆਨ ਦਿਓ ਤੁਹਾਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਔਰ ਸਾਰੇ ਅਫਸਰ ਸਹਿਬਾਨਾਂ ਨੂੰ ਸੋਚਣੀ ਚਾਹੀਦੀ ਆ ਕਿ ਜੇਕਰ ਬੰਦਾ 18 ਸਾਲਾਂ ਦਾ ਨੌਕਰੀ ਤੇ ਲੱਗ ਸਕਦਾ 18 ਸਾਲ ਤੋਂ ਬਾਅਦ 18 ਸਾਲ ਤੋਂ ਬਾਅਦ ਬੰਦਾ ਚੋਣ ਸਕਦਾ ਕਿਹੜੀ ਸਰਕਾਰ ਚਾਹੀਦੀ ਆ 18 ਸਾਲ ਤੋਂ ਬਾਅਦ ਜੇ ਜੇਕਰ ਮੈਂ ਹੁਣ ਕੀ ਕੀ ਦੱਸਾਂ ਇੱਥੇ ਤੁਹਾਨੂੰ ਵੀ ਪਤਾ ਜੇਕਰ 18 ਸਾਲ ਤੋਂ ਬਾਅਦ ਬੰਦਾ ਮਜ਼ਦੂਰੀ ਕਰ ਸਕਦਾ ਤੁਸੀਂ ਕਹਿੰਦੇ ਬਾਲ ਮਜ਼ਦੂਰੀ ਨਹੀਂ ਕਰਾਉਣੀ ਤਾਂ ਫਿਰ 18 ਸਾਲ ਤੋਂ ਬਾਅਦ ਇਲੈਕਸ਼ਨ ਕਿਉਂ ਨਹੀਂ ਲੜ ਸਕਦਾ ਮੈਨੂੰ ਇਹਨਾਂ ਗੱਲਾਂ ਦਾ ਜਵਾਬ ਚਾਹੀਦੇ ਆ ਔਰ ਜਿਹੜਾ ਕੋਈ ਸੱਜਣ ਪੈਸੇ ਵਾਲਾ ਔਰ ਉਹ ਕੋਈ ਮਾੜਾ ਮੋਟਾ ਦੇਸ਼ਵਾਲ ਧਿਆਨ ਦਿੰਦਾ ਤਾਂ ਮੇਰੇ ਵੀਰਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਰੈਟ ਜਰੂਰ ਲਾਓ ਕਿ ਜਾਂ ਤਾਂ 18 ਸਾਲ ਦੀ ਵੋਟ ਬਾਨੀ ਕੈਨਸਲ ਹੋਣੀ ਚਾਹੀਦੀ ਆ ਜਾਂ ਫਿਰ ਜਿਹੜਾ 18 ਸਾਲ ਤੋਂ ਬਾਅਦ ਉਹਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਚਾਹੀਦੀ ਆ ਇਹ ਮੇਰੀ ਹੱਥ ਬੰਨ ਕੇ ਬੇਨਤੀ ਆ ਔਰ ਚੋਮੈਨਾ ਸਰਕਾਰਾਂ ਨੂੰ ਕਹਿਣਾ ਕਿ ਜੇ ਤਾਂ ਮੈਂ ਮੇਰਾ ਜੀਤਾ ਬੜਾ ਕਰ ਰਿਹਾ ਵੀ ਤੁਹਾਨੂੰ ਸਿੱਧੀਆਂ ਸੁਣਾਵਾ ਜਿਹੜੀਆਂ ਸੁਣਾਉਣ ਆਲੀਆਂ ਹੁੰਦੀਆਂ ਪਰ ਮੈਂ ਕੁਝ ਕਬੰਦ ਜਿਹੜੀਆਂ ਕੱਲ ਨਾ ਕੋਈ ਬੰਦਸ਼ਾ ਹੁੰਦੀਆਂ ਜਿਹੜੀਆਂ ਉਹਨਾਂ ਵਿੱਚ ਬੰਨਿਆ ਪਿਆ ਸਾਡੇ ਪੱਲੇ ਤੁਸੀਂ ਕੱਖ ਨਹੀਂ ਛੱਡ ਰਹੇ ਆ ਆਪਦੇ ਤੁਸੀਂ ਜਵਾਕਾਂ ਜੱਲਿਆਂ ਦੇ ਘਰ ਸੈਟਲ ਕਰਤੇ ਆ ਉਹਨਾਂ ਨੂੰ ਬਾਹਰ ਭੇਜਤਾ ਕਿਸੇ ਨੂੰ ਕੁਛ ਕਰਤਾ ਕਿਸੇ ਨੂੰ ਕਾਰੋਬਾਰ ਚਲਾਤੇ ਕਿਸੇ ਨੂੰ ਸ਼ਰਾਬ ਦੀ ਫੈਕਟਰੀ ਖੋਲਤੀ ਸਾਡਾ ਤੁਸੀਂ ਜਾਹ ਜਾਂਦੀ ਕਰੀ ਤੁਰੇ ਆਉਨੇ ਆ ਮੈਂ ਤੁਹਾਨੂੰ ਸਿੱਧੇ ਤੌਰ ਤੇ ਕਹਿਣਾ ਚਾਹੇ ਮੈਨੂੰ ਜੇਲ੍ਹ ਚ ਤੁੰਨੋ ਚਾਹੇ ਮੇਰੇ ਤੇ ਪਰਚਾ ਪਵਾਓ ਚਾਹੇ ਮੈਨੂੰ ਗੋਲੀ ਮਰਵਾਓ ਚਾਹੇ ਮੈਨੂੰ ਕੁੱਕਰ ਤਰ ਐਨਾਂ ਨਾ ਵੜਦੋ ਮੈਂ ਬੋਲਣੋਂ ਨਹੀਂ ਹਟਣਾ ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ 2022 ਦੇ ਵਿੱਚ 23 ਸਾਲਾਂ ਦੇ ਜਿਹੜੇ ਨੌਜਵਾਨਾਂ ਚਾਹੇ ਸਾਡੀਆਂ ਧੀਆਂ ਧਿਆਣੀਆਂ ਉਹ ਐਮਐਲਏ ਦੀਆਂ ਫਾਰਮਾਂ ਜਿਹੜੇ ਜ਼ਰੂਰ ਭਰੋ ਤਾਂ ਕਿ ਸਰਕਾਰ ਨੂੰ ਪਤਾ ਲੱਗ ਜੇ ਕਿ 22 ਸਾਲ ਦੇ 21 ਸਾਲ ਦੇ 23 ਸਾਲ ਦੇ 24 ਸਾਲ ਦੇ ਵੀ ਐਮਐਲਏ ਐਮਪੀ ਦੇ ਵਿੱਚ ਖੜੇ ਹੋਣਾ ਚਾਹੁੰਦੇ ਆ ਪਰ ਸਾਡੀ ਸਰਕਾਰ ਖੜੇ ਹੋਣ ਦੇਣਾ ਨਹੀਂ ਚਾਹੁੰਦੀ ਇਹ ਚਾਹੁੰਦੀ ਆ ਕਿ ਸਾਡੀ ਜੁੱਤੀ ਦੇ ਥੱਲੇ ਲੱਗੇ ਰਹਿਣ ਇਹ ਸਰਕਾਰਾਂ ਚਾਹੁੰਦੀਆਂ ਸਾਡੇ ਦਰਵਾਜ਼ੇ ਅੱਗੇ ਖੜੇ ਰਹਿਣ ਇਹ ਸਰਕਾਰਾਂ ਚਾਹੁੰਦੀਆਂ ਵੀ ਸਾਡੇ ਜਿਹੜੇ ਬੱਚੇ ਫਲਸ਼ਮੈਨ ਵੀ ਜਾਣ ਇਹ ਮੰਤਰੀਓ ਤੁਸੀਂ ਇੰਝ ਚਾਹੁੰਨੇ ਨਾ ਕਿ ਤੁਹਾਡਾ ਜਿਹੜਾ 1900 ਤੁਹਾਡਾ ਜਿਹੜਾ ਬੱਚਾ ਹੋਵੇ ਇੰਨਕ ਜਿਹੜਾ ਪਰਚੂਨ ਕਹਿ ਲੋ ਜਦੋਂ ਤੁਹਾਡਾ ਬੱਚਾ ਹੋਵੇ ਉਹਦੇ ਨਾਲ 22 ਸਾਲਾਂ ਦੇ 19-19 ਸਾਲਾਂ ਦੇ ਪੁਲਿਸ ਜਦੋਂ ਡਿਪਾਰਟਮੈਂਟ ਦੇ ਅਧਿਕਾਰੀ ਜਾਂਦੇ ਆ ਤੁਸੀਂ ਇਹ ਚਾਹੁੰਨੇ ਆ ਤਾਂ ਤੁਸੀਂ ਇਹੀ ਚਾਹੁੰਦੇ ਆ ਕਿ ਤੁਹਾਡੀਆਂ ਗੱਡੀਆਂ ਦੇ ਨਾਲ ਖੜੇ ਰਹਿਣ ਇਹ ਮੈਂ ਤੁਹਾਨੂੰ ਫਿਰ ਤੋਂ ਕਹਿੰਨਾ ਨੌਜਵਾਨੋ 22 ਸਾਲਾਂ ਦੀ ਉਮਰ ਵਾਲਿਓ 21 ਸਾਲਾਂ ਦੀ ਉਮਰ ਵਾਲਿਓ ਜਿਨ੍ਹਾਂ ਦੀ ਵੀ 18 ਸਾਲ ਤੋਂ ਉੱਪਰ ਉਮਰ ਹੋ ਗਈ ਹੈ ਜਿਹੜੇ ਵੋਟ ਪਾਉਂਦੇ ਜਿਹੜੇ ਇਹ ਕਾਬਲ ਹੋ ਗਿਆ ਸੋਚਣ ਦੇ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ 18 ਸਾਲਾਂ ਤੋਂ ਬਾਅਦ ਵੀ ਆ ਸਰਕਾਰ ਸਾਡੇ ਵਾਸਤੇ ਚੰਗੀ ਆ ਆ ਸਰਕਾਰ ਸਾਡੇ ਵਾਸਤੇ ਮਾੜੀ ਆ ਤੇ ਫਿਰ ਤੁਸੀਂ ਐਮਐਲਏ ਦੀਆਂ 2022 ਦੇ ਵਿੱਚ ਫਾਰਮ ਭਰ ਦਿਓ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਕਿ ਭਾਈ ਸਾਹਿਬ ਵਾਕਈ ਇਹ ਆਪਦੀਆਂ ਜਿਹੜੀਆਂ ਆਪਦੇ ਹੱਕ ਪਛਾਨਣ ਲੱਗ ਗਿਆ ਤੇ ਜੇਕਰ ਭਾਈ ਸਾਹਿਬ ਤੁਸੀਂ ਨਹੀਂ ਪਛਾਨ ਸਕਦੇ ਫਿਰ ਆਪਣੇ ਫਿੱਟੇ ਲਾਂਤਾ ਫਿਰ ਆਪਾਂ ਮਰ ਚੁੱਕੇ ਆ ਔਰ ਮੈਂ ਕਹਿੰਦਾ ਜਮੀਰਾ ਨਾ ਮਾਰੋ ਆਪਦੀਆਂ ਕੀ ਇਹਦਾ ਫਾਰਮ ਲੱਗਣਾ ਹੈ ਤੁਹਾਡੇ 12-13000 ਰੁਪਏ ਲੱਗਣਾ ਫਾਇਲ ਭਰਨ ਦਾ ਇੱਕ ਆਈ ਔਕੇ ਸੌਖੇ ਹੋ ਕੇ ਲਾਓ ਨੌਕਰੀਆਂ ਮੰਗਣ ਦੇ ਨਾਲੋ ਐਮਐਲਏ ਦੀਆਂ ਪੋਸਟਾਂ ਪਰੋ ਨੌਕਰੀਆਂ ਮੰਗਣ ਦੇ ਨਾਲੋ ਐਮਪੀ ਦੀਆਂ ਪੋਸਟਾਂ ਭਰੋ ਤੁਹਾਨੂੰ ਫਿਰ ਨੌਕਰੀ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਨੌਕਰੀ ਤੁਹਾਨੂੰ ਸਿੱਧਾ ਕਿਹਾ ਕਰਨਗੇ ਕਿ ਜਿਹੜਾ ਬੱਚਾ ਇੰਨੀਆਂ ਪੜ ਚੁੱਕਿਆ 10ਵੀਂ 10ਵੀਂ ਵਾਲੇ ਵਾਸਤੇ ਆ ਨੌਕਰੀਆਂ ਖੁੱਲ ਚੁੱਕੀਆਂ 12ਵੀਂ ਵਾਲੇ ਵਾਸਤੇ ਆ ਤੇ ਬੀਏ ਵਾਸਤੇ ਆ ਇਹ ਉਦੋਂ ਕੋਈ ਪੈਸਾ ਨਹੀਂ ਚੱਲਣਾ ਕਿਉਂਕਿ ਉਦੋਂ ਐਮਐਲਏ ਐਮਪੀ ਡਰਨ ਲੱਗ ਜਾਣਗੇ ਤੁਹਾਡੇ ਕੋਲੋਂ ਕਿ ਨਹੀਂ ਤਾਂ ਨੌਕਰੀਆਂ ਦੇ ਦਈਏ ਜੇਕਰ ਨੌਕਰੀਆਂ ਨਾ ਦਿੱਤੀਆਂ ਤਾਂ ਫਿਰ ਇਹ ਇਲੈਕਸ਼ਨਾਂ ਦੇ ਵਿੱਚ ਖੜੇ ਹੋਣਗੇ ਇਹ ਯਾਦ ਰੱਖ ਲੋ ਬੱਚ ਜੋ ਜੇਕਰ ਬਚੀਦਾ ਨਹੀਂ ਤੁਸੀਂ ਕੱਖ ਦੇ ਨਹੀਂ ਰਹਿਣੇ ਤੁਸੀਂ ਕੱਖ ਦੇ ਨਹੀਂ ਰਹਿਣੇ ਨਾਲ ਹੀ ਤੁਹਾਡੇ ਅਸੀਂ ਆ ਕਿਉਂਕਿ ਆਪਣੇ ਪੱਲੇ ਕੱਖ ਨਹੀਂ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੁਣ ਇਸ ਟਾਈਮ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ ਔਰ ਮੈਂ ਸਾਰੇ ਪਾਰਟੀਆਂ ਵਾਲਿਆਂ ਨੂੰ ਕਹਿਣਾ ਕਿ ਭਾਈ ਸਾਹਿਬ ਇਹ ਜਿਹੜੇ ਚੋਣ ਕਮਿਸ਼ਨਰ ਆ ਸਾਡੇ ਉਹਨਾਂ ਤੱਕ ਵੀ ਵੀਡੀਓ ਪਹੁੰਚਣੀਆਂ ਚਾਹੀਦੀਆਂ ਔਰ ਜਿਹੜੇ ਇਸ ਟਾਈਮ ਜਿਹੜੇ ਸਾਡੇ ਮੁਖ ਕਹ ਲੋ ਇਨਸਾਨ ਇੱਕ ਤਾਂ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਤੁਹਾਨੂੰ ਬੇਨਤੀ ਆ ਇਹ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਔਰ ਦੂਜੇ ਸਾਡੇ ਜਿਹੜੇ ਪੀਐਮ ਸਾਹਿਬ ਆ ਕੋਈ ਗੱਲ ਦੀ ਤੁਹਾਡੇ ਕੋਲ ਬੰਦੇ ਰੱਖੇ ਹੁੰਦੇ ਜਿਹੜੇ ਤੁਹਾਨੂੰ ਪੰਜਾਬੀ ਜਿਹੜੀ ਦੱਸ ਦੇਣਗੇ ਟਰਾਂਸਲੇਸ਼ਨ ਤੁਹਾਡੇ ਰੱਖੇ ਹੁੰਦੇ ਜਿਹੜੇ ਉਹ ਜਿਹੜੀ ਭਾਸ਼ਾ ਦੱਸ ਦਿੰਦੇ ਕੋਈ ਇੰਗਲਿਸ਼ ਬੋਲੇ ਤੁਹਾਨੂੰ ਦੱਸ ਦੇ ਵੀ ਉਹਨਾਂ ਨੇ ਆਹ ਕਿਹਾ ਹੁਣ ਮੈਂ ਪੰਜਾਬੀ ਬੋਲੀ ਆ ਤੇ ਇੰਨੀ ਕੁ ਤਾਂ ਪੰਜਾਬੀ ਸਾਡੇ ਪੀਐਮ ਸਾਹਿਬ ਨੂੰ ਆਉਂਦੀ ਹੋਊਗੀ ਕਿ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਗੱਲ ਸਮਝ ਆ ਜੂਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ